Eu. Que horas? Ó. Entra ali, Patinha. Entra ali, Patinha, pra essa. Abre ali. ਵੱਡੀ ਬੱਚੀ ਤੂੰ ਫੜ ਲੈ ਨਾ ਆਸਫ ਵੱਡੀ ਬੱਚੀ ਤੂੰ ਫੜ ਲੈ ਵੱਡੀ ਬੱਚੀ ਛੱਡ ਦੇ ਤੂੰ ਦੂਜੀਆਂ ਦੋ ਫੜ ਆਹ ਬੱਚੀ ਫੜਨਾ ਹੈ ਕਿਤੇ ਚੁੱਕਣੀ ਹੈ ਚੁੱਕ ਹੈ ਬੱਚੀ ਚੁੱਕ ਲਏਗਾ ਚੁੱਕ ਫਿਰ ਇਹ ਛੋਟੀ ਮੈਨੂੰ ਫੜਾ ਦੋ ਇਹ ਛੋਟੀ ਮੈਨੂੰ ਫੜਾ ਦੋ ਖੈਰ ਛੋਟੀ ਨਹੀਂ ਹੈ ਇਹਦੇ ਵਿੱਚ ਕੀ ਹੋਇਆ ਦੋਨੋਂ ਨੇ ਮੱਛੀ ਪਕੜੀ ਹੋਈ ਹੈ ਆਸਫ ਸਿਖਾਈ ਨਹੀਂ ਜਾ ਰਹੀ ਮਾਸ਼ਾਅੱਲਾ ਜੀ ਦੋਨੋਂ ਭਾਈ ਨੇ ਮੱਛੀ ਪਕੜੀ ਹੈ ਮੱਛੀ ਨਹੀਂ ਪਕੜੀ ਜਾ ਰਹੀ ਮਾਸ਼ਾਅੱਲਾ ਐਸੇ ਲੈ ਕੇ ਆਏ ਜੈਸੇ ਚੋਰੀ ਕਰਕੇ ਲਾਤੇ ਹੈ ਜਾਲ ਮਾਰਾ ਹੋਇਆ ਮਾਸ਼ਾਅੱਲਾ ਨੇ ਐਸੀ ਮੱਛੀ ਪਕੜੀ ਕਿ ਯਾਦਗਾਰ ਇਨਿੰਗਸ ਹੈ ਇਤਨੀ ਇਨਿੰਗਸ ਦੀ ਜ਼ਿੰਦਗੀ ਵੀ ਨਹੀਂ ਐਸੀ ਖੇਲੀ ਤਾਰਾਂ ਵਾਲੀ ਨਾ ਤਾਰਾਂ ਵਾਲੀ ਵੀ ਐਸੀ ਨਹੀਂ ਖੇਲੀ ਇੱਕ ਸਾਈਡ ਕੇ ਦਾਣੇ ਬੜੇ ਬੜੇ ਦਾਣੇ ਮਾਸ਼ਾਅੱਲਾ ਇਨਕੇ ਅੱਬੂ ਨੇ ਵੀ ਖੇਲੀ ਹੋਗੀ ਜਦੋਂ ਜੋ ਵਾਲੀ ਬਾਤਾਂ ਕਰਦੇ ਹੈ ਸ਼ੇਰਗੜ੍ਹ ਸੇ ਪਕੜੀ ਹਮਨੇ ਫਲਾਂ ਸੇ ਪਕੜੀ ਇਹ ਹੈਡ ਤ੍ਰਿਮੁਖ ਇੱਕ ਪੁਆਇੰਟ ਹੈ ਜਿਸ ਕਾ ਨਾਮ ਹੈ ਨਾਮ ਨਹੀਂ ਬਤਾਉਣਾ ਸਰ ਲੋਕਾਂ ਨੂੰ ਪਤਾ ਚੱਲ ਜਾਏਗਾ ਹਾਂਜੀ ਆਹ ਬਣਾ ਰਹੇ ਬਤਾ ਦੇ ਨਾ ਬਤਾ ਦੇ ਇਸਕਾ ਰੰਗਪੁਰ ਕਾ ਇੱਕ ਇਲਾਕਾ ਹੈ ਜੀ ਜਿਸਕਾ ਦਰਿਆ ਚਨਾਬ ਲਗਤਾ ਹੈ ਔਰ ਇਸਮੇ ਸੇ ਉਨ੍ਹੋਂਨੇ ਮੱਛੀ ਬੜੀ ਅੱਛੀ ਪਕੜੀ ਹੈ ਯੇ ਦੇਖੇ ਸਾਰੀ ਫਿਸ਼ ਮਾਸ਼ਾਅੱਲਾ ਇਨਕੇ ਬੜੋ ਨਹੀਂ ਐਸੀ ਪਕੜੀ ਹੋਗੀ ਜੋ ਆਪਣੇ ਨੇ ਦੇਖ ਲਈ ਹੈ ਜੋ ਇਨਕੇ ਉਸਤਾਦ ਕਹਤੇ ਨਾ ਹਮ ਉਸਤਾਦ ਹੈ ਯਾ ਜੀ ਯੇ ਰਾਤ ਇਨਕੀ ਥੀ ਜੀ ਇੱਕ ਰਾਤ ਮੇਂ ਯੇ ਪਕੜੀ ਹੈ ਮੱਛੀ ਮਾਸ਼ਾਅੱਲਾ ਯਾਸਰ ਸਾਹਿਬ ਹੈ ਜੀ ਬੜਾ ਖੁਸ਼ ਨਜ਼ਰ ਆ ਰਹੇ ਹੈ ਇਨ੍ਹੋਂ ਇਮਾਰ ਕਾ ਮਾਰਾ ਪੂਰੇ ਲਾਹੌਰ ਮੇਂ ਬਸ ਚੱਲ ਜਾਏਗਾ ਉਹ ਆ ਗਿਆ ਹੈ ਔਰ ਉਸਕੇ ਬਾਅਦ ਸਾਊਦੀਆ ਮੇਂ ਇਹਨੇ ਬੁੱਢੇ ਖਾਨ ਸਾਹਿਬ ਕੋ ਆਪਣੇ ਸਾਥ ਕੋ ਅੱਬੂ ਜੀ ਕੋ ਦੋਸਤ ਮੁਹੰਮਦ ਕੋ ਉਨਕੋ ਬਾਅਦ ਮੇਂ ਦਿਖਾਨੀ ਮੱਛੀ ਖਾ ਪੀ ਕੇ ਪਹਿਲੇ ਮੱਛੀ ਨਹੀਂ ਦਿਖਾਨੀ ਉਹਨਾਂ ਨੇ ਅਸੀਂ ਹੈ ਨਾ ਆਸੋ ਜੀ ਬੋਲ ਲਓ ਜੀ ਬਾਅਦ ਮੇਂ ਅਬ ਜੋ ਪਿਛਲੇ ਅੱਡੇ ਮੇਂ ਅਗਰ ਇਸਨੇ ਹੱਥ ਲਾ ਲਿਆ ਇਸਕੀ ਮੈਂ ਪਾਜੀ ਅਭੀ ਮੈਂ ਅਭੀ ਚਾਂਸ ਹੈ ਦੋ ਦੋ ਬਾਅਦ ਦਫਾ ਜਾਂ ਤੂੰ ਚਾਂਸ ਦਾ ਨਾਲ ਹੀ ਦੱਸ ਹੁੰਦਾ ਉਹਦੀ ਮੱਛੀ ਬਾਹਰ ਹੀ ਹੁੰਦਾ ਚਾਂਸ ਕੋਈ ਨਹੀਂ ਅੱਗੇ ਤੋਂ ਜਾਂਸ ਮਰਵਾਈ ਤਾ ਔਰ ਇਹ ਮਾਸ਼ਾਅੱਲਾ ਜੀ ਅੱਲਾਹ ਤਾਲਾ ਨਜ਼ਰ ਚਸ਼ਮੇ ਬਦੂਸ ਨਜ਼ਰ ਸੇ ਬਚਾਏ ਅੱਲਾਹ ਇਨਕੋ ਹਿੰਮਤ ਤੌਫੀਕ ਦੀ ਔਰ ਹਮੇ ਵੀ ਅੱਲਾਹ ਤਾਲਾ ਹਿੰਮਤ ਤੌਫੀਕ ਦੇ ਹਮ ਵੀ ਇਸ ਤਰ੍ਹਾਂ ਆਖੋ ਮੱਛੀ ਮਾਰਦਾ ਹਮ ਵੀ ਦੀਵਾਨੇ ਹੋ ਜਾਏ ਯੇ ਲਾਹੌਰੀ ਛਾ ਗਏ ਆਜ ਯੇ ਰੰਗਪੁਰ ਇਲਾਕੇ ਮੇਂ ਐਸੀ ਮੱਛੀ ਹੈ ਕਿ ਜਿਸ ਜਿਸ ਜਿਸਨੇ ਉਸਤਾਦ ਨੂੰ ਦੇਖਣਾ ਉਹਨਾਂ ਨੇ ਆਂਖੇ ਖੋਲ ਕੇ ਭਾਗਣਾ ਇੱਧਰ ਕੋ ਫਿਰ ਉਹਨਾਂ ਕੋ ਮਿਲਣਾ ਕੁਛ ਨਹੀਂ ਕਿਉਂਕਿ ਇਹ ਵੀ ਇੱਕ ਤਰੀਕਾ ਹੈ ਯਹਾਂ ਦੇ ਮੱਛੀ ਪਕੜਨੇ ਕਾ ਇਹ ਮੱਛੀ ਤਾਂ ਇਨਸਾਨੀ ਸੇ ਨਹੀਂ ਪਕੜੀ ਜਾ ਸਕਦੀ ਖੋਲ ਕੇ ਤੇ ਜਾਲੀ ਨੂੰ ਅੱਜ ਉਲਟੀ ਆ ਤੋ ਉਲਟਾ ਦੇ ਬਸ ਯਾਰ ਤੂੰ ਕੀ ਕਰਨਾ ਪਿਆ ਯਾਰ ਸਹੀ ਬਣ ਪਈ ਹੈ ਦਰਿਆ ਦੀ ਛੱਡੀ ਤਰ੍ਹਾਂ ਤਾਂ ਮੈਂ ਦਰਿਆ ਕੋ ਕਰਨਾ ਯਾਰ ਛੋੜ ਦਰਿਆ ਨੂੰ ਕਿਆ ਕਰਨਾ ਆਪਣੇ ਦਰਿਆ ਵੈਸੇ ਆ ਗਏ ਤੂੰ ਮੈਂ ਛਤਰੀ ਵੀ ਆ ਗਈ ਹੈ ਮੇਰਾ ਖੈਮਾ ਨਹੀਂ ਅਭੀ ਤੱਕ ਆਇਆ ਇਹ ਚਾਚਾ ਜੀ ਬਸ ਸੁਣਿਆ ਆਪ ਵੀ ਜਰਾ ਮੇਰੀ ਜਾਨ ਕੇ ਟੁੱਟੋ ਬੜੇ ਬੜੇ ਬਾਬਾ ਜੀ ਇਹ ਹਮਾਰੇ ਬਜ਼ੁਰਗ ਆਏ ਜੀ ਰੰਗ ਇਹ ਵੀ ਰੰਗਪੁਰ ਪੈਣੀ ਪੀਣ ਕੀ ਮੂਵੀ ਬਣਾਉਣੀ ਹਮਨੇ ਇਹ ਮੇਰੇ ਸਾਥ ਸਾਥੀ ਹੈ ਇਧਰ ਪਾਰ ਖੜਾ ਹੋਇਆ ਹੈ ਜਿਸ ਲਿਫਟ ਕੋ ਨਹੀਂ ਕਰਾ ਰਹਾ ਲੇਕਿਨ ਆਜ ਉਹ ਮੱਛੀ ਕੋ ਦੇਖ ਰਿਹਾ ਸਿਰਫ ਔਰ ਇਧਰ ਇਹ ਚਾਚਾ ਆ ਰਿਹਾ ਹੈ ਕਿਆ ਨਾਮ ਹੈ ਚਾਚਾ ਮਨੀਰ ਕਾ ਇਹ ਹਮਾਰਾ ਚਾਚਾ ਜੀ ਕੁੱਕੜਾਂ ਵਾਲਾ ਦੱਸਿਆ ਜੀ ਉਹ ਚਾਚਾ ਮਾਰਾ ਇਹ ਹੈ ਜੀ ਹੈ ਨਹੀਂ ਭਾਅ ਛੀਮਾ ਸਾਡਾ ਜੀ ਮਾਸ਼ਾਅੱਲਾ ਜੀ ਤਾਂ ਛੀਮਾ ਇਹ ਦੇਖੇ ਜੀ ਮਾਸ਼ਾਅੱਲਾ ਐਸੇ ਲੱਗਦਾ ਜੀ ਜੈਸੇ ਉਹਨੇ ਖਰੀਦੀ ਹੋਈ ਹੈ ਜਾਲ ਮਾਰ ਕੇ ਵੇਚਣ ਵਾਲਾ ਕੋਈ ਲੱਗਦੀ ਹੈ ਜੀ ਤੋ ਐਸੇ ਲੱਗਦਾ ਜੀ ਖੁਦ ਜਾਲ ਮਾਰਦੇ ਹੈ ਜੀ ਇਹ ਤਾਂ ਮਾਸ਼ਾਅੱਲਾ ਜੀ ਇਹ ਐਸੇ ਲੱਗ ਰਿਹਾ ਜੀ ਐਸੇ ਉਹ ਮੰਡੀ ਮੇਂ ਬੈਠੇ ਹੋਏ ਹੈ ਅੱਲਾ ਇਨਕੋ ਨਜ਼ਰ ਸੇ ਬਚਾਏ ਔਰ ਜਿਸ ਜਿਸ ਕੋ ਇਹ ਜਿਸ ਪਾਸੇ ਗੁਜ਼ਰੇਂਗੇ ਉਸਕੋ ਮਛਲੀ ਨਹੀਂ ਦਿਖਾਏਂਗੇ ਲਾਹੌਰ ਜਾ ਕੇ ਬਸ ਤਸਵੀਰਾਂ ਹੀ ਦਿਖਾਏਂਗੇ ਇਸ ਲਈ ਕਿ ਮੰਗਣੇ ਵਾਲੇ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਹੈ ਜੋ ਖਰਚਾ ਹੁੰਦਾ ਹੈ ਜਾਂ ਮੱਛੀ ਨਹੀਂ ਲੱਗਦੀ ਤਾਂ ਲੋਕ ਦਿੱਤੇ ਕੁਛ ਨਹੀਂ ਪਰ ਮੱਛੀ ਖਿਲਾ ਦੇ ਐਸੀ ਹੈ ਜੀ ਪਰ ਮਨੀਰ ਸੈਂਟਰ ਵੀ ਲੈ ਜੀ ਹਾਂਜੀ ਬਤਾਈ ਐਸੇ ਹੀ ਹੁੰਦਾ ਜੀ ਐਸੇ ਹੀ ਹੁੰਦਾ ਜੀ ਜੇ ਜਦ ਮੱਛੀ ਲੱਗ ਜਾਏ ਖਿਲਾ ਦੇ ਨਾ ਲੱਗੇ ਜੋ ਤਾਜ ਖਰਚਾ ਕਰਕੇ ਤੂੰ ਉਸ ਦਿੱਤਾ ਕੋਈ ਨਹੀਂ ਦਿੱਤਾ ਕੋਈ ਨਹੀਂ ਹਾਂਜੀ ਐਸੇ ਹੀ ਹੁੰਦਾ ਜੀ ਆਪਕਾ ਕੀ ਖਿਆਲ ਹੈ ਜੀ ਇਹ ਬਾਤ ਮੇਰੀ ਸਹੀ ਹੈ ਕਿ ਗਲਤ ਹੈ ਬਿਲਕੁਲ ਸਹੀ ਹੈ ਜਾਂ ਤਾਂ ਦੇਣਾ ਜਾਂ ਦੀਨਦਾਰ ਲੈ ਜਾਓ ਮਾਰੇ ਤੁਸੀਂ ਮੱਛੀ ਲੱਗ ਜਾਂਦੀ ਦੀ ਗੱਲ ਲੈਂਗੇ ਫਿਰ ਤੋਂ ਸਮਝ ਆਤੀ ਹੈ
یہ مچھلی انہوں نے دکھانی کسی کو نہیں جی، یہ سیدھی جائے گی، کیا اس کا نام ہے، کون سا علاقہ؟ اچھا بھائی آپ کا گھر والا پرانا علاقہ بتاؤں گا نیا بتاؤں؟ یہ آدھا کرم آباد علاقہ لگتا ہے ان کو جی، آدھا لگتا ہے اقبال ٹاؤن، یہ بیچ کار میں پھنسے پڑتے ہیں، بعد میں سعودیہ بھاگ جانا ہے۔ یہ آسا صاحب اس کے نیچے بیٹھے تھے دونوں بھائی، پیچھے دریا بھی آئے گا آپ کا۔ یہ دیکھیں جی ماشاء اللہ، جی ماشاء اللہ، یہ بڑوں میں، ہاں جی تصویر نہیں ابھی کھینچنی، ابھی تھوڑی سی مووی بنا لے دو، اب میں بند کرنے لگا ہوں ان کا کیمرہ فی الحال۔